ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਉਮੀਦ ਕਰਨੀ ਹੈ ਕਿ ਸਭ ਭੈਣ ਭਾਈ ਠੀਕ ਠਾਕ ਹੋਣਗੇ। ਅਲਹਮਦੁਲਿਲਾ ਅਸੀਂ ਵੀ ਠੀਕ ਠਾਕ ਹਾਂ। ਅੱਲਾਹ ਪਾਕ ਸਭ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਆਪਣੇ ਕੋਈ ਮਾਨ 'ਚ ਰੱਖੇ। ਅਸੀਂ ਵਲੋਗ ਸ਼ੁਰੂ ਕਰਨੇ ਹਾਂ ਜੀ, ਬਹੁਤ ਹੀ ਅਹਿਮ ਹੈ ਉਹਨਾਂ ਵਾਸਤੇ ਜੋ ਜ਼ਿੰਮੀਦਾਰ ਹਜ਼ਰਾਤ ਨੇ। ਹਾਂਜੀ ਜੀ, ਸਾਡੀ ਇੱਥੇ ਪੈਲੀ ਸੀ ਥੋੜ੍ਹੀ ਜੀ, ਅਤੇ ਇੱਧਰ ਸੋਲਰ ਸਿਸਟਮ ਲੱਗਿਆ ਸੀ। ਪਹਿਲੇ ਅਸੀਂ ਯਾਨੀ ਕਿ ਪੀਟਰ ਤੋਂ ਪਾਣੀ ਲੈ ਕੇ ਆਉਂਦੇ ਸਾਂ, ਹੁਣ ਸੋਲਰ ਸਿਸਟਮ ਇੱਥੇ ਨਾਲ ਹੀ ਕਰੀਬ ਹੀ ਲੱਗਿਆ, ਤੁਸੀਂ ਸ਼ਾਇਦ ਦੇਖ ਸਕਦੇ ਜੀ। ਹੁਣ ਹਾਂਜੀ ਜੀ, ਇੱਥੇ ਨਾਲ ਹੀ ਸੋਲਰ ਪਲੇਟਾਂ ਲੱਗੀਆਂ ਨੇ, ਅਸੀਂ ਤੁਹਾਨੂੰ ਕਰੀਬ ਜਾ ਕੇ ਦਿਖਾਵਾਂਗੇ। ਜਦੋਂ ਅਸੀਂ ਚਲਾਇਆ ਅਤੇ ਥੋੜ੍ਹੀ ਜਿਹੀ ਇੱਥੇ ਪੁੱਲ ਸੀ, ਆਹ ਤੁਹਾਨੂੰ ਦਿਖਾਵਾਂ। ਹਾਂਜੀ ਜੀ, ਆਹ ਦੇਖੋ ਇਹ ਪੁੱਲ ਸੀ, ਅਤੇ ਯਾਨੀ ਕਿ ਪਹਿਲੇ ਆਹ ਪੂਰੇ ਹੋਏ ਸਨ ਅਤੇ ਇਹ ਬੰਦ ਹੋ ਗਏ ਸਨ, ਇਸ ਵਜ੍ਹਾ ਤੋਂ ਉਹਨਾਂ ਦੂਸਰਾ ਅਸੀਂ ਹੁਣ ਇਹਨਾਂ ਨੂੰ ਕਾਮਯਾਬ ਕਰ ਰਹੇ ਹਾਂ, ਕਿਉਂਕਿ ਇਹਨਾਂ 'ਚ ਮਿੱਟੀ ਆ ਗਈ ਸੀ। ਫਿਰ ਅਸੀਂ ਇਹ ਸਾਰੇ ਪੱਟੇ ਅਸੀਂ ਖੁਦ ਜਿਹੜੀ ਹਾਲਾਂਕਿ ਮਜ਼ਦੂਰਾਂ ਵਾਲੀ ਮਿਹਨਤ ਸੀ, ਤੁਸੀਂ ਦੇਖ ਸਕਦੇ ਜੀ, ਅਸੀਂ ਖੁਦ ਆਪਣੇ ਹੱਥਾਂ ਨਾਲ ਕਰੀਏ, ਬੱਚਿਆਂ ਨੇ ਮਿਲ ਕੇ ਸਾਰਿਆਂ ਨੇ। ਹਾਲਾਂਕਿ ਆ ਦੇਖੋ ਕਿੰਨੇ ਡੂੰਘੇ ਨੇ, ਇਤਨੇ ਡੂੰਘੇ ਸਨ, ਅਤੇ ਅਸੀਂ ਖੁਦ ਮਿਹਨਤ ਕਰਕੇ ਅਤੇ ਹੁਣ ਅਸੀਂ ਜੀ ਮਾਸ਼ਾਅੱਲਾ ਕਾਮਯਾਬ ਹੋਣ ਲੱਗੇ ਹਾਂ। ਉਮੀਦ ਕਰਨਾ ਕਿ ਸਾਡਾ ਪਾਣੀ ਸਹੀ ਸਹੀ, ਸਾਡੀ ਮਿਹਨਤ ਜ਼ਾਇਆ ਨਾ ਜਾਵੇ, ਸਾਡਾ ਪਾਣੀ ਸਹੀ ਸਹੀ ਲੱਗ ਜਾਵੇ। ਤਕਰੀਬਨ ਸਾਰੇ ਮਿੱਟੀ ਨਾਲ ਭਰੇ ਹੋਏ ਸਨ, ਅਗਰ ਮਿੱਟੀ ਨਾਲ ਭਰੇ ਹੋਏ ਸਨ, ਅਤੇ ਅਸੀਂ ਇਹ ਸਾਰੇ ਅਸਬਲਾਂ ਦੀ ਮਦਦ ਨਾਲ, ਕੋਈ ਵਾਂਸਾਂ ਦੀ ਮਦਦ ਨਾਲ, ਇਹ ਸਾਰੀ ਅਸੀਂ ਆ ਦੇਖੋ ਮਿੱਟੀ ਘਰੋਂ ਜਾ ਰਹੀ ਹੈਗਾ ਇੱਧਰੋਂ ਦੀ। ਆ ਦੇਖੋ ਹਾਂਜੀ ਜੀ, ਅਸੀਂ ਇਸ ਤਰੀਕੇ ਨਾਲ ਇਹਨਾਂ ਨਾਲ ਸਬਲਾਂ ਨਾਲ ਸਾਰੀ ਮਿੱਟੀ ਅਸੀਂ ਵਿੱਚੋਂ ਕੱਢੀ। ਹਾਂਜੀ ਜੀ, ਆ ਦੇਖੋ ਇਸ ਤਰੀਕੇ ਨਾਲ ਮਿੱਟੀ ਵੀ ਐਵੇਂ ਸੀ ਜਿਵੇਂ ਸਿਰਮਟ ਹੋਇਆ ਹੁੰਦਾ। ਹਾਂਜੀ ਜੀ, ਅਸੀਂ ਹੁਣ ਸਾਫ ਕਰ ਲਏ ਨੇ, ਦੁਆ ਕਰਨਾ ਕਿ ਸਾਡਾ ਕਾਮਯਾਬ ਹੋ ਜਾਣ। ਅੱਧ ਸਾਡੀ ਪੈਲੀ ਆ ਵਿਖਾ, ਹਾਂਜੀ ਜੀ, ਆਹ ਦੇਖੋ ਆਹ ਥੋੜ੍ਹੀ ਜਿਹੀ ਸਾਡੀ ਪੈਲੀ ਸੀ, ਸਾਡੇ ਨਾਲ ਪਾਣੀ ਲੱਗ ਜਾਂਦਾ ਸੀ ਸੋਲਰ ਦਾ, ਅਤੇ ਇਸ ਲਈ ਦੁਆ ਕਰਨਾ ਕਾਮਯਾਬ ਹੋ ਜਾਵੇ ਅਤੇ ਇਨਸ਼ਾਅੱਲਾ ਪਾਣੀ ਚਲਾਵਾਂਗੇ, ਜਿਵੇਂ ਪਾਣੀ ਆਇਆ ਨਿਕਲਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਾਂਜੀ ਜੀ, ਵੀਡੀਓ ਤਾਂ 3-4-5 ਮਿੰਟਾਂ ਦੀ, ਲੇਕਿਨ ਸਾਨੂੰ ਇੱਥੇ ਤਕਰੀਬਨ 4-5 ਦਿਨ ਹੋ ਗਏ, ਕਿਉਂਕਿ ਰਸਤਾ ਸੜਕ ਹੈ ਅਤੇ ਯਾਨੀ ਕਿ ਰਸ਼ ਵੀ ਬਹੁਤ ਹੁੰਦਾ। ਜ਼ਿਆਦਾਤਰ ਅਸੀਂ ਫਿਰ ਰਾਤ ਨੂੰ ਟ੍ਰੈਫਿਕ ਬੰਦ ਹੋ ਜਾਂਦੀ ਹੈ, ਅਸੀਂ ਜ਼ਿਆਦਾਤਰ ਇਹ ਰਾਤ ਨੂੰ ਹੀ ਕਰੀਏ ਪੱਕੀ ਮਿਹਨਤ ਕਰੀ ਜਿਤਨੀ ਵੀ ਕਰੀ। ਅਤੇ ਹੁਣ ਮਾਸ਼ਾਅੱਲਾ ਅਸੀਂ ਬਸ ਕੰਪਲੀਟ ਹੋਇਆ ਖੜ੍ਹਾ, ਸਾਡਾ ਕੰਮ ਪੂਰਾ ਹੋਇਆ ਖੜ੍ਹਾ, ਬਸ ਹੁਣ ਇਹ ਪੂਰਨੇ ਨੇ ਅਤੇ ਪਾਣੀ ਲੈ ਕੇ ਆਉਣਾ, ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਾਂਜੀ ਜੀ, ਲੋਹੇ ਦਾ ਸੱਬਲ ਇਸ ਟਾਈਮ ਇਤਨਾ ਗਰਮ ਹੋ ਚੁੱਕਿਆ ਨਾ, ਹੱਥ ਨਹੀਂ ਲਗਾਇਆ ਜਾ ਰਿਹਾ। ਹਾਂਜੀ, ਅਸੀਂ ਇਹਦੀ ਮਦਦ ਨਾਲ ਸਾਰੇ ਸਾਫ ਕਰੇ।
ਜੀ ਤੁਹਾਨੂੰ ਰਿਕੁਐਸਟ ਹੈ ਕਿ ਜਿਨ੍ਹਾਂ ਨੇ ਮੇਰਾ ਅਜੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ, ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ, ਲਾਈਕ ਕਰਨ, ਸ਼ੇਅਰ ਕਰਨ। ਹਾਂਜੀ ਜੀ, ਸਪੋਰਟ ਨਾਲ ਹੀ ਮੇਰੀ ਹਿੰਮਤ ਹੈ ਅਤੇ ਤੁਸੀਂ ਬਿਲਕੁਲ ਮੈਨੂੰ ਸਪੋਰਟ ਨਹੀਂ ਕਰ ਰਹੇ, ਅਤੇ ਪਲੀਜ਼ ਤੁਹਾਨੂੰ ਰਿਕੁਐਸਟ ਕਰਾਂਗੀ ਕਿ ਮੇਰੀ ਮਿਹਨਤ ਨੂੰ, ਮੇਰੇ ਕੰਮ ਨੂੰ ਅਗਰ ਤੁਹਾਨੂੰ ਅੱਛਾ ਲੱਗਦਾ ਤਾਂ ਤੁਸੀਂ ਯਾਨੀ ਕਿ ਜ਼ਰੂਰ ਮੈਨੂੰ ਸਪੋਰਟ ਕਰਨਾ। ਆਹ ਪਹਿਲੀ ਫੱਟੀ ਚਾਹ ਲਿਆ। ਹਾਂਜੀ ਜੀ, ਦੇਖੋ ਅੱਜ ਰਸਤਾ ਅਸੀਂ ਬਣਾਇਆ ਹੋਇਆ, ਯਾਨੀ ਕਿ ਜਿਹੜੇ ਆ ਜਾ ਰਹੇ ਨੇ ਮੋਟਰਸਾਈਕਲ ਅਸੀਂ ਕਰੇ ਠਾਕਣ। ਹਾਂਜੀ ਜੀ, ਇਹਦੇ ਨਾਲ ਅਸੀਂ ਹੁਣ ਇਜਾਜ਼ਤ ਚਾਹਵਾਂਗੇ ਨੈਕਸਟ ਵਲੋਗ ਵਾਸਤੇ, ਅਤੇ ਬਹੁਤ ਸਾਰਾ ਆਪਣਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ, ਅਤੇ ਇਹਦੇ ਨਾਲ ਹੀ ਅਸੀਂ ਹੁਣ ਆਪਣਾ ਵਲੋਗ ਖਤਮ ਕਰਨੇ ਆ। ਪਾਕਿਸਤਾਨ ਜ਼ਿੰਦਾਬਾਦ, ਅੱਲਾ ਹਾਫਿਜ਼।